वेलकम बैक स्टूडेंट्स टू माय यूट्यूब चैनल क्लासेस विद परमजीत कौर। बच्चों कल असी कीते सी अखौतां, अखौतां नूं असी अखान कहावतां कहने हैं। तो कल असी बी वाई कर लिया सीगियां, अज उस तो अगे असी कंटिन्यू करदे हां, अखौतां होर करांगे। तो शुरू करदे बच्चे अखौतां। हाँ जी, अखौत है खिद्दो फोलिया लीरां ही निकलनियां हन। यह अखौत बच्चे कदों वरती जाती है? जदों असी पुरानियां गल्लां नूं याद करते हैं। तो कहिंदे पुरानियां गल्लां नूं याद करन दे नाल नुकसान ही हुंदा है। मैं दोहां भरावां विच जमीन दे झगड़े दा फैसला करवाउण मगरों कहा कि हुण जे उन्हां प्यार नाल रहना है तां कोई किसे पुरानी गल नूं ना चितारे, क्योंकि खिद्दो फोलिया तां लीरां ही निकलनियां ने। अगली है बच्चे अखौत, गिद्दड़ दी मौत आउंदी है तां उह शहर वल भजदा है। इहदा की है? इह खौत उदों वरती जांदी है जदों इह कहना होवे कि जदों किसे दे दिन माड़े आ जाण तां उह बेसमझी वालियां गल्लां करदा है। ठीक है भाई, जदों गिद्दड़ दी मौत आउंदी है तां उह शहर वल ही भजदा है, इसे करके ही उह थानेदार दे घर चोरी करन चला गया। अगली है जी, घर दा सड़िया बन गया बन नूं लगी अग। ਇਹ ਖੌਤ ਬੱਚੇ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਵੀ ਜਦੋਂ ਇੱਕ ਥਾਂ ਤੇ ਤੰਗੀ ਹੋਣ ਤੇ ਬਾਅਦ ਉਹ ਦੂਸਰੀ ਥਾਂ ਜਾਂਦਾ ਕਿ ਉੱਥੇ ਜਾ ਕੇ ਸ਼ਾਇਦ ਮੈਂ ਸੁਖੀ ਹੋ ਜਾਊਂਗਾ, ਤਾਂ ਉੱਥੇ ਵੀ ਜਾ ਕੇ ਉਹ ਸੁਖੀ ਨਹੀਂ ਹੋ ਸਕਦਾ, ਤਾਂ ਇਹ ਖੌਤ ਵਰਤੀ ਜਾਂਦੀ ਹੈ ਕਿ ਉੱਥੇ ਜਾ ਕੇ ਵੀ ਉਹਨੂੰ ਹੋਰ ਮੁਸੀਬਤਾਂ ਘੇਰ ਲੈਂਦੀਆਂ ਨੇ। ਘਰ ਦੀ ਆਰਥਿਕ ਤੰਗੀ ਤੋਂ ਦੁਖੀ ਹੋ ਕੇ ਰਾਮ ਸਿੰਘ ਇੱਕ ਏਜੰਟ ਦੇ ਟੇਟੇ ਚੜਿਆ, ਜ਼ਮੀਨ ਵੇਚ ਕੇ ਜਰਮਨ ਵਿੱਚ ਰੋਜੀ ਕਮਾਉਣ ਗਿਆ, ਪਰ ਜਹਾਜ਼ੋਂ ਉਤਰਦਿਆਂ ਹੀ ਪੁਲਿਸ ਦੇ ਕਾਬੂ ਆ ਗਿਆ ਤੇ ਉਸਨੇ ਉਸਨੂੰ ਫੜ ਕੇ ਜੇਲ੍ਹ ਵਿੱਚ ਡੱਕ ਦਿੱਤਾ। ਉਸਦੀ ਤਾਂ ਉਹ ਗੱਲ ਹੋਈ, ਅਖੇ ਘਰ ਦਾ ਸੜਿਆ ਬਣ ਗਿਆ ਵਨ ਨੂੰ ਲੱਗੀ ਅੱਗ। ਅਗਲੀ ਹੈ ਖੌਤ ਬੱਚੇ, ਘਰ ਵਸਦਿਆਂ ਦੇ ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ। ਇਹ ਖੌਤ ਉਦੋਂ ਵਰਤੀ ਜਾਂਦੀ ਹੈ ਬੱਚੇ ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਅਸੀਂ ਮਿਲਦੇ ਜੁਲਦੇ ਰਹਿੰਦੇ ਹਾਂ ਤਾਂ ਹੀ ਸਾਡੀ ਰਿਸ਼ਤੇਦਾਰੀ ਹੈ, ਖੇਤ ਜ਼ਮੀਨ ਹੈ ਜਿਹੜੀ ਉਹ ਤਾਂ ਹੀ ਉਪਜਾਊ ਰਹਿੰਦੀ ਹੈ ਜੇ ਉਹਨੂੰ ਵਾਹੁੰਦੇ ਰਹਾਂਗੇ, ਤੇ ਜੇਕਰ ਘਰ ਕੀ ਕਦੋਂ ਨੇਗੇ ਜਦੋਂ ਉਹਦੇ ਵਿੱਚ ਕੋਈ ਵੱਸਦਾ ਹੈਗਾ ਰਹਿੰਦਾ ਹੈਗਾ। ਜੇ ਕੋਈ ਕਿਸੇ ਘਰ ਦੇ ਵਿੱਚ ਨਹੀਂ ਰਹਿੰਦਾ, ਖਾਲੀ ਘਰ ਹੁੰਦਾ, ਤਾਂ ਉਹ ਘਰ ਵੀ ਡਿੱਗ ਜਾਂਦਾ। ਵਾਕ ਕੀ ਬਣਾਵਾਂਗੇ, ਮੇਰੇ ਚਾਚੇ ਦੇ ਪੁੱਤ ਪੋਤੇ ਜਦੋਂ ਪਿੰਡ ਰਹਿੰਦੇ ਸਨ ਉਦੋਂ ਤਾਂ ਸਾਡੇ ਨਾਲ ਮਿਲਦੇ ਵਰਤਦੇ ਸਨ, ਪਰ ਜਦੋਂ ਤੋਂ ਕਲਕੱਤੇ ਚਲੇ ਗਏ ਤਦ ਤੋਂ ਉਹਨਾਂ ਵਿੱਚੋਂ ਨਾ ਕੋਈ ਮਿਲਣਾ ਆ ਤੇ ਨਾ ਹੀ ਕਿਸੇ ਨੇ ਰਾਜ਼ੀ ਖੁਸ਼ੀ ਦੀ ਚਿੱਠੀ ਪਾਈ ਹੈ। ਹੁਣ ਤਾਂ ਉਹਨਾਂ ਨਾਲ ਸਾਡਾ ਰਿਸ਼ਤਾ ਨਾ ਹੋਇਆ ਵਰਗਾ ਹੀ ਹੈ। ਸਿਆਣੇ ਕਹਿੰਦੇ ਹਨ, ਘਰ ਵਸਦਿਆਂ ਦੇ ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ। ਅਗਲਾ ਜੀ, ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਇਹ ਅਖਾਣ ਬੱਚੇ ਉਦੋਂ ਵਰਤਿਆ ਜਾਂਦਾ ਜਦੋਂ ਇਹ ਦੱਸਣਾ ਹੋਵੇ ਕਿ ਜਦੋਂ ਇੱਕ ਚੀਜ਼ ਹੈ ਤੇ ਸਾਰੇ ਹੀ ਉਹਦੇ ਲਈ ਚਾਹਵਾਨ ਹੋਣ ਕਿ ਮੈਨੂੰ ਵੀ ਇਹ ਚੀਜ਼ ਚਾਹੀਦੀ ਹੈ, ਮੈਨੂੰ ਵੀ ਇਹ ਚੀਜ਼ ਚਾਹੀਦੀ ਹੈ, ਤਾਂ ਇਹ ਅਖਾਣ ਵਰਤਿਆ ਜਾਂਦਾ ਕਿ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਜਦੋਂ ਮੈਂ ਰੋਟੀ ਲੈ ਕੇ ਖਾਣ ਬੈਠੀ ਤਾਂ ਸਾਰੇ ਬੱਚੇ ਮੇਰੇ ਆਲੇ ਦੁਆਲੇ ਆ ਕੇ ਰੌਲਾ ਪਾਉਣ ਲੱਗੇ ਕਿ ਉਹਨਾਂ ਨੂੰ ਵੀ ਰੋਟੀ ਦਿਓ, ਉਹ ਵੀ ਭੁੱਖੇ ਨੇ। ਅਖੇ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ। ਇਹਦਾ ਬੱਚੇ ਇੱਕ ਇਹ ਵੀ ਆ ਜਾਂਦਾ, ਇੱਕ ਅਨਾਰ ਸੌ ਬਿਮਾਰ, ਕਿ ਚੀਜ਼ ਇੱਕ ਹੈ ਤੇ ਖਾਣ ਵਾਲੇ ਜਿਹੜੇ ਉਹ ਬਹੁਤੇ ਨੇਗੇ, ਇਹ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ। ਅਗਲੇ ਬੱਚੇ, ਚਾਹੇ ਛੁਰੀ ਖਰਬੂਜੇ ਉੱਤੇ ਡਿੱਗੇ ਤੇ ਚਾਹੇ ਖਰਬੂਜਾ ਛੁਰੀ ਉੱਤੇ, ਨੁਕਸਾਨ ਖਰਬੂਜੇ ਦਾ। ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਦਾ ਹਰ ਹਾਲਤ ਵਿੱਚ ਨੁਕਸਾਨ ਹੋਣਾ ਹੀ ਹੋਣਾ, ਉਦੋਂ ਇਹ ਅਖਾਣ ਵਰਤਿਆ ਜਾਂਦਾ। ਅੱਜ ਦੇ ਵਪਾਰਕ ਯੁੱਗ ਵਿੱਚ ਜਦੋਂ ਕਿਸਾਨ ਆਪਣੀ ਫਸਲ ਵੇਚਦਾ ਹੈ ਤਾਂ ਵੀ ਲੁੱਟਿਆ ਜਾਂਦਾ, ਤੇ ਜਦੋਂ ਆਪਣੀ ਲੋੜ ਲਈ ਕੁਝ ਖਰੀਦਦਾ ਤਾਂ ਵੀ ਲੁੱਟਿਆ ਜਾਂਦਾ। ਅਖੇ ਚਾਹੇ ਛੁਰੀ ਖਰਬੂਜੇ ਉੱਤੇ ਡਿੱਗੇ, ਚਾਹੇ ਖਰਬੂਜਾ ਛੁਰੀ ਉੱਤੇ, ਨੁਕਸਾਨ ਕਿਹਦਾ ਹੋਣਾ? ਖਰਬੂਜੇ ਦਾ ਹੀ ਹੋਣਾ। ਅਗਲੀ ਹੈ ਜੀ, ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਇਹਦੇ ਚ ਕੀ ਹੈ, ਇੱਕ ਦੋਸ਼ੀ ਦੂਜੇ ਦੇ ਦੋਸ਼ ਕਿਉਂ ਕੱਢੇ, ਤਾਂ ਇਹ ਖਾਣ ਵਰਤਿਆ ਜਾਂਦਾ ਕਿ ਜਿਹਦੇ ਆਪਦੇ ਅੰਦਰ ਹੀ ਬਹੁਤ ਸਾਰੇ ਦੋਸ਼ ਨੇ ਉਹ ਦੂਜਿਆਂ ਦੇ ਦੋਸ਼ ਕੱਢਦਾ ਫਿਰਦਾ, ਤਾਂ ਇਹ ਖਾਣ ਅਸੀਂ ਵਰਤਦੇ ਹਾਂ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਜਦੋਂ ਕਰਤਾਰੇ ਨੇ ਪਿੰਡ ਵਿੱਚ ਚੋਰੀ ਦਾ ਇਲਜ਼ਾਮ ਨਰੈਣੇ ਦੇ ਸਿਰ ਤੇ ਲਾਇਆ ਤਾਂ ਉਸਨੇ ਕਿਹਾ, ਚੁੱਪ ਕਰ ਓਏ ਕਰਤਾਰਿਆ, ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਅਜੇ ਤਾਂ ਤੂੰ ਕੱਲ ਚੋਰੀ ਕਰਨ ਦੇ ਦੋਸ਼ ਵਿੱਚ 6 ਮਹੀਨੇ ਜੇਲ੍ਹ ਕੱਟ ਕੇ ਆਇਆ। ਅਗਲਾ ਜੀ, ਜਾਂ ਬਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।
ਇਹ ਜੀ ਕਿਸੇ ਬੰਦੇ ਦੇ ਸਹੀ ਕਹਿੰਦੇ ਚਰਿੱਤਰ ਦਾ ਪਤਾ ਉਦੋਂ ਲੱਗਦਾ ਜਦੋਂ ਅਸੀਂ ਉਹਦੇ ਨਾਲ ਵਰਤਦੇ ਹਾਂ ਜਦੋਂ ਉਹਦੇ ਨਾਲ ਸਾਡਾ ਵਾਹ ਪੈਂਦਾ ਵਾਹ ਕਹਿੰਦਾ ਅੱਜ ਕੱਲ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖ ਕੇ ਵਿਆਹ ਕਰਨ ਦੀਆਂ ਗੱਲਾਂ ਕਰਦੇ ਤਾਂ ਹਨ ਪਰ ਦੋ ਘੜੀਆਂ ਦੀ ਮਿਲਣੀ ਵਿੱਚ ਤੁਸੀਂ ਕਿਸੇ ਬਾਰੇ ਕੀ ਜਾਣ ਸਕਦੇ ਹੋ ਸਿਆਣੇ ਕਹਿੰਦੇ ਹਨ ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਅਗਲੇ ਬਾਰੇ ਸਹੀ ਪਤਾ ਤਾਂ ਉਦੋਂ ਲੱਗਦਾ ਜਦੋਂ ਉਹ ਵਿਆਹ ਪਿੱਛੋਂ ਇਕੱਠੇ ਰਹਿੰਦੇ ਨੇ ਅਗਲੇ ਜੀ ਜਾਂਦੇ ਚੋਰ ਦੀ ਲਗੋਟੀ ਹੀ ਸਹੀ ਇਹ ਖਾਣ ਕਦੋਂ ਵਰਤਦੇ ਬੱਚੇ ਜਦੋਂ ਬਹੁਤੇ ਨੁਕਸਾਨ ਦੇ ਵਿੱਚੋਂ ਥੋੜਾ ਜਿਹਾ ਪੂਰਾ ਹੋ ਜਾਵੇ ਤਾਂ ਵੀ ਕਹਿੰਦੇ ਚੰਗਾ ਹੀ ਹੁੰਦਾ ਜਦੋਂ ਸਾਡਾ ਕਿਰਾਏਦਾਰ ਦੋ ਕੁ ਮਹੀਨੇ ਦਾ ਕਿਰਾਇਆ ਮਾਰ ਕੇ ਰਾਤ ਨੂੰ ਚੋਰੀ ਮਕਾਨ ਖਾਲੀ ਕਰ ਗਿਆ ਤਾਂ ਮੈਂ ਕਮਰੇ ਦੇ ਅੰਦਰ ਉਸਦੇ ਚਾਰ ਮੰਜੇ ਪਏ ਦੇਖ ਕੇ ਕਿਹਾ ਕਿ ਚਲੋ ਜਾਂਦੇ ਚੋਰ ਦੀ ਲਗੋਟੀ ਹੀ ਸਹੀ ਅਗਲੇ ਜੀ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ ਇਹ ਖਾਣ ਬੱਚੇ ਉਦੋਂ ਵਰਤਿਆ ਜਾਂਦਾ ਹੈ ਕਿ ਜਿਹੜੇ ਸਖ਼ਤ ਮਿਹਨਤ ਕਰਦੇ ਨੇ ਤਾਂ ਉਹਨਾਂ ਨੂੰ ਉਸਦਾ ਫਲ ਜ਼ਰੂਰ ਮਿਲਦਾ ਹੈ ਜਿਹੜੇ ਵਿਦਿਆਰਥੀ ਰਾਤਾਂ ਜਾਗ ਜਾ ਕੇ ਸਖ਼ਤ ਮਿਹਨਤ ਕਰਦੇ ਨੇ ਉਹ ਪ੍ਰੀਖਿਆ ਵਿੱਚ ਚੰਗੇ ਨੰਬਰ ਲੈ ਕੇ ਜ਼ਿੰਦਗੀ ਵਿੱਚ ਉੱਚੇ ਅਹੁਦਿਆਂ ਤੇ ਪਹੁੰਚਦੇ ਤੇ ਸੁੱਖ ਮਾਣਦੇ ਨੇ ਸਿਆਣਿਆਂ ਨੇ ਕਿਹਾ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ ਅਗਲੇ ਬੱਚੇ ਠੂਠਾ ਫੁੱਟ ਕੇ ਛੰਨਾ ਮਿਲਿਆ ਠੂਠਾ ਮਤਲਬ ਕੀ ਹੈ ਮਾੜੀ ਚੀਜ਼ ਹੈ ਤੇ ਛੰਨਾ ਉਸ ਤੋਂ ਵਧੀਆ ਚੀਜ਼ ਹੈ ਕਿ ਮਾੜੀ ਚੀਜ਼ ਹੈ ਜਿਹੜੀ ਉਹ ਹੱਥੋਂ ਨਿਕਲ ਜਾਣ ਤੇ ਚੰਗੀ ਚੀਜ਼ ਦਾ ਮਿਲਣਾ ਜ਼ਿੰਦਗੀ ਵਿੱਚ ਕਹਿੰਦੇ ਕਦੇ ਕੋਈ ਮਾੜੀ ਗੱਲ ਨਹੀਂ ਹੁੰਦੀ ਉਸ ਦੀ ਰੇਹੜੀ ਸਮਾਨ ਸਮੇਤ ਕਾਰਪੋਰੇਸ਼ਨ ਵਾਲਿਆਂ ਨੇ ਜ਼ਬਤ ਕਰ ਲਈ ਕੁਝ ਚਿਰ ਤਾਂ ਉਹ ਬੜਾ ਨਿਰਾਸ਼ ਰਿਹਾ ਹਾਰ ਕੇ ਉਸਨੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਉੱਥੇ ਉਸਦਾ ਕੰਮ ਅਜਿਹਾ ਚੱਲਿਆ ਕਿ ਹੌਲੀ ਹੌਲੀ ਵੱਡਾ ਵਪਾਰੀ ਬਣ ਗਿਆ ਉਸ ਨਾਲ ਤਾਂ ਉਹ ਗੱਲ ਹੋਈ ਅਖੇ ਠੂਠਾ ਫੁੱਟ ਕੇ ਛੰਨਾ ਮਿਲਿਆ ਅਗਲੀ ਹੈ ਜੀ ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਦੇਵੇ ਗਾਲੀ ਇਹ ਖਾਣ ਉਦੋਂ ਵਰਤਿਆ ਜਾਂਦਾ ਜਦੋਂ ਦੱਸਣਾ ਹੋਵੇ ਕਿ ਜਿਹੜਾ ਤਕੜਾ ਆਦਮੀ ਹੈ ਉਹਦੇ ਨਾਲ ਕੀ ਹੈਗਾ ਜਿਹੜਾ ਮਾੜਾ ਕਮਜ਼ੋਰ ਆਦਮੀ ਹੈ ਉਹਦੀ ਨਹੀਂ ਚੱਲਦੀ ਤਕੜੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਦੇਵੇ ਗਾਲੀ ਕਿ ਤਕੜੇ ਦੇ ਨਾਲ ਜਦੋਂ ਅਸੀਂ ਦੋਸਤੀ ਕਰਦੇ ਹਾਂ ਤਾਂ ਜਿਹੜਾ ਮਾੜਾ ਬੰਦਾ ਹੁੰਦਾ ਉਹ ਤੋਂ ਆਪਣਾ ਹਿੱਸਾ ਮੰਗਦਾ ਪਰ ਉਹ ਅੱਗੋਂ ਗਾਲਾਂ ਦੇਣ ਲੱਗ ਜਾਂਦਾ ਤਾਂ ਇਹ ਖਾਣ ਵਰਤਿਆ ਜਾਂਦਾ ਸਿਆਣੇ ਕਹਿੰਦੇ ਨੇ ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਦੇਵੇ ਗੱਲ ਇਸ ਕਰਕੇ ਤੇਰੇ ਵਰਗੇ ਭਲੇ ਮਾਨਸ ਨੂੰ ਇਸ ਛੱਡੇ ਹੋਏ ਬਦਮਾਸ਼ ਨਾਲ ਸਾਂਝ ਪਾ ਕੇ ਕੋਈ ਕਾਰੋਬਾਰ ਸ਼ੁਰੂ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਕਦੇ ਤੂੰ ਵਪਾਰ ਵਿੱਚੋਂ ਵੱਖ ਹੋਣਾ ਚਾਹਿਆ ਤਾਂ ਇਹ ਤੇਰੇ ਪੱਲੇ ਕੁਝ ਨਹੀਂ ਪਾਵੇਗਾ ਤੇ ਨਾਲੇ ਮਾਰ ਕੁਟਾਈ ਹੋਣ ਤੇ ਵੀ ਗਰੇਜ਼ ਨਹੀਂ ਕਰੇਗਾ ਪਰ ਤੂੰ ਆਪਣੀ ਭਲੇ ਭਲ ਮਾਨਸੀ ਕਰਕੇ ਉਸ ਵਿਰੁੱਧ ਕੁਝ ਵੀ ਨਹੀਂ ਕਰ ਸਕੇਗਾ ਅਗਲਾ ਜੀ ਢਿੱਡ ਭਰਿਆ ਤੇ ਕੰਮ ਸਰਿਆ ਢਿੱਡ ਭਰਿਆ ਤੇ ਕੰਮ ਸਰਿਆ ਕਿ ਜਦੋਂ ਆਪਣਾ ਮਤਲਬ ਕੱਢ ਲਿਆ ਤਾਂ ਕੀ ਹੈਗਾ ਦੂਜੇ ਨੂੰ ਮੂੰਹ ਨਾ ਦਿਖਾਵੇ ਆਪਣਾ ਮਤਲਬ ਕੱਢ ਲੈਣਾ ਮਤਲਬ ਤਾਂ ਇਹ ਖਾਣ ਦੀ ਵਰਤੋਂ ਕਰਦੀ ਆ ਜਦੋਂ ਬਲਵਿੰਦਰ ਨੂੰ ਉਧਾਰ ਪੈਸਿਆਂ ਦੀ ਲੋੜ ਸੀ ਤਦ ਤਾਂ ਉਹ ਮੇਰੇ ਘਰ ਮੁੜ ਮੁੜ ਫੇਰੇ ਮਾਰਦਾ ਸੀ ਤੇ ਨਿੱਕੀਆਂ ਮੋਟੀਆਂ ਵਗਾਰਾਂ ਵੀ ਕਰ ਦਿੰਦਾ ਸੀ ਪਰ ਜਦੋਂ ਉਸਨੂੰ ਪੈਸੇ ਮਿਲ ਗਏ ਤਾਂ ਉਸਨੇ ਮੁੜ ਕੇ ਕਦੇ ਮੂੰਹ ਨਹੀਂ ਦਿਖਾਇਆ ਆਖੇ ਢਿੱਡ ਭਰਿਆ ਤੇ ਕੰਮ ਸਰਿਆ ਮਤਲਬ ਹੀ ਲੋਕ ਇੱਕੋ ਜਿਹੇ ਹੁੰਦੇ ਨੇ ਅਗਲਾ ਜੀ ਤੌੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਇਹ ਖਾਣ ਉਦੋਂ ਵਰਤਦੇ ਬੱਚੇ ਜਦੋਂ ਇਹ ਦੱਸਣਾ ਹੋਵੇ ਜੇ ਕੋਈ ਬੰਦਾ ਗੁੱਸਾ ਕਰੂਗਾ ਤਾਂ ਉਹ ਆਪਣਾ ਹੀ ਲਹੂ ਸਾੜਦਾ ਦੂਜੇ ਦਾ ਕਿਸੇ ਦਾ ਕੁਛ ਨਹੀਂ ਜਾਂਦਾ ਗੁੱਸਾ ਜਿਹਦੇ ਕਰਦਾ ਉਦੋਂ ਇਹ ਕਹਿੰਦੇ ਨੇ ਤਹਿਲੀ ਚ ਹੈ ਕਿ ਸ਼ਰਨਜੀਤ ਯਾਰ ਐਤਕੀ UNO ਵਿੱਚ ਪਾਕਿਸਤਾਨੀ ਪ੍ਰਤੀਨਿਧ ਨੇ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਭਾਰਤ ਵਿਰੁੱਧ ਬੜਾ ਜ਼ਹਿਰ ਉਗਲਿਆ ਹੈ ਮਨਿੰਦਰ ਨੇ ਕੋ ਕਿਹਾ ਹਾਂਡੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਪਾਕਿਸਤਾਨ ਨੇ ਅੱਗੇ ਭਾਰਤ ਨਾਲ UNO ਜਾਂ ਸਰਹੱਦਾਂ ਉੱਪਰ ਮੱਥਾ ਲਾ ਕੇ ਸਬਕ ਨਹੀਂ ਸਿੱਖਿਆ ਜਾਪਦਾ ਨਵਾਂ 9 ਦਿਨ ਪੁਰਾਣਾ 100 ਦਿਨ ਪੁਰਾਣੀ ਮਿੱਤਰਤਾ ਛੱਡ ਕੇ ਕਹਿੰਦੇ ਨਵੀਂ ਦੋਸਤੀ ਪਾਉਣੀ ਠੀਕ ਨਹੀਂ ਹੁੰਦੀ ਨਵਾਂ 9 ਦਿਨ ਕਿ ਨਵਾਂ ਹੈ ਜਿਹੜਾ ਉਹ ਤਾਂ 9 ਦਿਨ ਹੀ ਰਹਿੰਦਾ ਜਿਹੜਾ ਪੁਰਾਣਾ ਹੁੰਦਾ ਉਹ ਹਮੇਸ਼ਾ ਨਾਲ ਨਿਭਦਾ ਮੈਂ ਸੁਰਿੰਦਰ ਨੂੰ ਕਿਹਾ ਤੂੰ ਪੁਰਾਣੇ ਅਜਮਾਏ ਹੋਏ ਦੋਸਤਾਂ ਨੂੰ ਛੱਡ ਕੇ ਨਵੇਂ ਦੋਸਤਾਂ ਪਿੱਛੇ ਭਟਕਦਾ ਫਿਰਦਾ ਪਰ ਯਾਦ ਰੱਖ ਨਵਾਂ 9 ਦਿਨ ਪੁਰਾਣਾ 100 ਦਿਨ ਅਖੀਰ ਪੁਰਾਣੇ ਹੀ ਕੰਮ ਆਉਣਗੇ ਨਵੇਂ ਦੋਸਤ ਖਾ ਪੀ ਕੇ ਨੱਠ ਜਾਣਗੇ ਅਗਲੇ ਬੱਚੇ ਪਾਟਾ ਸੀਵੀਏ ਨਾ ਰੁੱਸਾ ਮਨਾਈਏ ਨਾ ਤਾਂ ਘਰ ਨਹੀਂ ਵਸਦੇ ਇਹ ਖਾਣ ਬੱਚੇ ਉਦੋਂ ਵਰਤਿਆ ਜਾਂਦਾ ਹੈ ਕਿ ਕੀ ਦੱਸਣਾ ਹੁੰਦਾ ਇਹਦੇ ਰਾਹੀਂ ਕਿ ਜੇ ਘਰ ਦੇ ਵਿੱਚ ਕੋਈ ਰੁੱਸ ਜਾਂਦਾ ਤਾਂ ਉਹਨੂੰ ਮਨਾਉਣਾ ਚਾਹੀਦਾ
जे साडा कोई रिश्तेदार है साख संबंधी है साडे नाल रुस्सिया है तो जेडे गुस्से गिले हुंदे ने गिले शिकवे ने उन्हां नूं दूर कर लेना चाहीदा है। कहिंदे जे असीं इस तरह नहीं करदे तां उह घर वसदा नहीं। पाटा सीवीए ना मतलब पाटे कपड़े नूं जे असीं सिउंदे नहीं तां उह फटी जाएगा अगे कि उहनूं उत्थे ही सिउं लेना चाहीदा तां उह ज्यादा देर चल जाएगा। पिंड दे सियाणे ने गीतू नूं सलाह दित्ती कि उह कुड़ी दे विआह उत्ते अपने रुस्से भरा नूं मना के लै आवे। सियाणे कहिंदे हन पाटा सीवीए ना रुस्सा मनाईए ना ਤਾਂ ਘਰ ਨਹੀਂ ਵਸਦੇ। ਅਗਲੇ ਜੀ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ। ਇਹ ਅਖਾਣ ਉਦੋਂ ਵਰਤਿਆ ਜਾਂਦਾ ਬੱਚੇ ਜਦੋਂ ਏਕਤਾ ਦਿਖਾਉਣੀ ਹੋਵੇ ਕਿ ਕਿਸੇ ਦਾ ਬਹੁਤ ਜ਼ਿਆਦਾ ਪਿਆਰ ਹੈ ਕੋਈ ਉਹਨਾਂ ਦੇ ਵਿੱਚ ਲੜਾਈ ਕਰਾਉਣੀ ਚਾਹੁੰਦਾ ਹੈ ਕਿ ਉਹਨਾਂ 'ਚ ਬਖਰੇਵਾਂ ਹੋ ਜਾਏ ਪਰ ਜਿੱਥੇ ਏਕਤਾ ਉੱਥੇ ਉਹ ਬਖਰੇਵਾਂ ਨਹੀਂ ਹੁੰਦਾ। ਫਿਰਕੂ ਏਕਤਾ ਦੇ ਮਦਈ ਲੀਡਰ ਨੇ ਕਿਹਾ ਵੀਰੋ ਰਲ ਮਿਲ ਕੇ ਰਹੋ ਹਿੰਦੂਆਂ ਸਿੱਖਾਂ ਸਾਰਿਆਂ ਨੇ ਇੱਥੇ ਹੀ ਜੰਮਣਾ ਮਰਨਾ ਹੈ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ। अगला जी वह के खाद्या तक खूह भी नखुट जाते हैं। यह भाव है जो दसना हो आदमी वेला बह के खाता रहूगा कुछ कमाऊगा नहीं तो जिनी भी मर्जी को पैसा हो जमीन जायदाद हो जे खूह भी कहने खाली हो जाते हैं कि जे बैठ के कोई खाता है। जीत्या तू प्यो दाद्या की जमीन बेच बेच के खाई जाता है तो कम कोई नहीं करता। याद रख तू बहुत औखा होगा जिस वेले जमीन मुक गई फिर की करेगा। सियाने कहते हैं बह के खाद्या तो खूह भी नखुट जाते हैं तेरे को सिर्फ 5 किले जमीन ही है। अगला जी बगाना महल देख के अपनी कुली नहीं ढाई थी। ये की है जी आसरा बन वाली अपनी माड़ी चीज नाल ही सबर करन दी सिक्ख्या देन लई इस अखाण की वरतों की जाती है। जदों मेरे पुत्र ने मैनू कहा कि उसने साइकल बेच देना है तो गुआंढियां दे मुंडे वर्गा मोटरसाइकल लै लेना तो मैं अपने पुत्र नूं कहा पुत्र बगाना महल देख के अपनी कुली नहीं ढाई दी जदों पैसे आउणगे तो मैं तैनूं आपे मोटरसाइकल लै दांगा। हाँ जी अगला बिल्ली दे सराणे दुध नहीं जांदा। जदों इह दसना होवे कि खाण वाले दे कोले कोई चीज बचदी नहीं कि उहदे कोले पई है तो मतलब रख दो कि कल नूं खाणी है तो उह जिहड़ी हैगी उदों ही खा के खत्म कर देंगी। यश दे मासी जी उस लई चॉकलेट लैके आए तो उसने अपनी मम्मी नूं कहा मम्मी ये चॉकलेट कल मेरे टिफिन विच पा दिओ कि मैं स्कूल जाके खावांगा। दूजे दिन सवेरे जब उसकी मम्मी ने फ्रिज विच वेख्या तो चॉकलेट उत्थे नहीं सी। पुछण ते यश ने दस्या कि वह तो उसने रात ही खा ली सी तो उसके मम्मी ने हसदिया कहा मैनू पहला ही पता सी कि बिल्ली दे सराणे दुध नहीं जांदा। अगले बच्चे भजदिया नूं वाहन इक्को जिहे। इस अकान की वरतों उदों यह दसण लई कीती जांदी है कि दुश्मनी दे विच दोहां धिरां नूं औकड़ां दा सामना करना पैंदा है। तां इहदा वाक है बच्चे जदों मुंडे वालियां ने नूं नूं तंग करना शुरू किया तां उसदे भरावां ने मुंडे दे बाप नूं कहा देखो बजुर्गो साडी कुड़ी नूं तंग ना करो नहीं तां भजदिआं नूं वाहन इक्को जिहे ने असीं तां तंग होवांगे ही तुसीं वी तंग होवोगे। अगले बच्चे ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਇਹ ਖਾਣ ਬੱਚੇ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਬੰਦੇ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੱਧਦੀਆਂ ਹੀ ਜਾਣ ਕਿ ਇੱਕ ਕੰਮ ਜ਼ਿੰਮੇਵਾਰੀ ਉਹਨੇ ਨਿਪਟਾਈ ਹੈ ਉਦੋਂ ਨੂੰ ਦੂਸਰੇ ਜ਼ਿੰਮੇਵਾਰੀ ਨਿਭਾਉਣ ਦਾ ਆ ਜਾਂਦਾ ਉਹਦੇ ਤੇ ਕਿ ਉਹਨੇ ਇਹ ਜ਼ਿੰਮੇਵਾਰੀ ਨਿਭਾਉਣੀ ਹੈ ਕਿ ਇਹ ਫਰਜ਼ ਪੂਰਾ ਕਰਨਾ ਹੈ ਤਾਂ ਇਹ ਖਾਣ ਉਦੋਂ ਵਰਤਦੇ ਆ। ਗੁਰਮੁਖ ਸਿੰਘ ਨੇ ਅਜੇ 2 ਮਹੀਨੇ ਪਹਿਲਾਂ अपनी छोटी भैन का विआह किया नाल ही उसकी भूआ की कुड़ी का विआह आ गया। पहली नानक शक है कबीलदारी विच इस तरह चलता ही रहिंदा है। अखे भंडा भंडारिया किन्ना कु भार एक मुठी चुक लै दूजी तैयार। अगले बच्चे मैं भी राणी तू भी राणी कौन भरेगा पानी। यह खाण बच्चे उदों वरत्या जांदा है जदों कहे कि मैं भी नहीं काम करना मैं भी अपनी जगह वड्डा दूसरा कहे मैं भी है कोई भी काम करने लई तैयार ना होवे तो उदों यह जिहड़ा खाण वरत्या जांदा है कि मैं भी राणी तू भी राणी कौन भरेगा पानी। वीर बंती नूं ऐतवार वाले दिन किसी रिश्तेदार दे घर जाना पिया। दुपहर तक जब वह वापस घर पहुंची तो घर का सारा काम खिल रहा पिया सी। उसकी धी टैलीविजन देख रही सी अते नूं सुती पई सी। वीर बंती ने दोहां नूं आख्या ठीक है तुसीं दोवें कमाऊ हो पर अपने घर का काम करने का कोई मेहना नहीं हुंदा
ਤੁਹਾਡਾ ਤਾਂ ਉਹ ਹਾਲ ਹੈ ਕਿ ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਪਾਣੀ। ਅਗਲੇ ਬੱਚੇ ਮਨ ਜੀਤੇ ਜਗ ਜੀਤ, ਇਹ ਖਾਨ ਉਦੋਂ ਵਰਤਿਆ ਜਾਂਦਾ ਬੱਚੇ ਜਦੋਂ ਕਿਸੇ ਨੂੰ ਇਹ ਦੱਸਣਾ ਹੋਵੇ ਕਿ ਮਨ ਦੇ ਉੱਤੇ ਜਦੋਂ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਅਸੀਂ ਤਾਂ ਸਾਰੇ ਜੱਗ ਨੂੰ ਜਿੱਤ ਲੈਂਦੇ ਹਾਂ, ਕਿ ਜੱਗ ਨੂੰ ਜਿੱਤਣ ਦੇ ਲਈ ਸਾਨੂੰ ਆਪਣੇ ਮਨ ਨੂੰ ਕਾਬੂ ਵਿੱਚ ਰੱਖਣਾ ਪੈਂਦਾ। ਕਾਕਾ ਕੋਈ ਵੀ ਔਗਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ, ਬਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ ਮਨ ਜੀਤੇ ਜਗ ਜੀਤ। ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋੜ ਤੋਂ ਸੁਚੇਤ ਕਰਦਿਆਂ ਪਸ਼ਪਿੰਦਰ ਦੇ ਦਾਦਾ ਜੀ ਨੇ ਉਸਨੂੰ ਕਿਹਾ। ਅਗਲੇ ਬੱਚੇ ਮਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਜਦੋਂ ਇਹ ਦੱਸਣਾ ਹੋਵੇ ਕਿ ਭਾਈਚਾਰੇ ਦੇ ਵਿੱਚ ਕੋਈ ਵੀ ਵੱਡਾ ਛੋਟਾ ਨਹੀਂ ਹੈ, ਸਾਰੇ ਬਰਾਬਰ ਨੇ, ਤਾਂ ਇਹ ਅਖਾਣ ਉਦੋਂ ਵਰਤਿਆ ਜਾਂਦਾ। ਦਾਦੀ ਜੀ ਜਦੋਂ ਭਾਈਚਾਰਕ ਸਾਂਝ ਬਾਰੇ ਗੱਲ ਕਰਦੇ ਹਨ ਤਾਂ ਕਹਿੰਦੇ ਹਨ ਭਾਈਚਾਰੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਨੇ, ਮਹਾਂਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ। ਪੈਸਿਆਂ ਦਾ ਕੀ ਹੈ, ਕਦੇ ਕਿਸੇ ਕੋਲ ਚਾਰ ਪੈਸੇ ਵੱਧ ਹੁੰਦੇ ਨੇ ਤੇ ਕਿਸੇ ਕੋਲ ਚਾਰ ਘੱਟ। ਅਗਲੇ ਬੱਚੇ ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ। ਗੋਲੀ ਹੁੰਦਾ ਮਤਲਬ ਨੌਕਰਾਣੀ, ਕਿ ਰਾਣੀ ਜੇਕਰ ਆਪਣਾ ਆਪਦੇ ਪੈਰ ਆਪ ਧੋਲੂ ਉਹ ਤਾਂ ਨੌਕਰਾਣੀ ਥੋੜੀ ਹੋ ਗਈ। ਮਤਲਬ ਇਸ ਖਾਣ ਹੈ ਜਿਹੜਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਆਪਣਾ ਕੰਮ ਹੈ ਜਿਹੜਾ ਆਪ ਕਰਨ ਦੀ ਸਲਾਹ ਦੇਣੀ ਹੋਵੇ ਕਿਸੇ ਨੂੰ, ਕਿ ਆਪਣੇ ਕੰਮ ਸਾਨੂੰ ਆਪ ਕਰ ਲੈਣੇ ਚਾਹੀਦੇ ਨੇ। ਰਵਨੀਤ ਨੂੰ ਆਪਣੇ ਕਮਰੇ ਦੀ ਝਾੜ ਪੂੰਝ ਕਰਦਿਆਂ ਵੇਖ ਕੇ ਉਸਦੀ ਸਹੇਲੀ ਨੇ ਕਿਹਾ, ਤੇਰੇ ਪਾਪਾ ਤਾਂ ਅਫਸਰ ਨੇ ਤੇ ਤੁਹਾਡੇ ਘਰ ਨੌਕਰ ਵੀ ਨੇ, ਫਿਰ ਵੀ ਤੂੰ ਕੰਮ ਕਿਉਂ ਕਰਦੀ ਹੈ? ਰਵਨੀਤ ਨੇ ਹੱਸ ਕੇ ਕਿਹਾ, ਮੈਨੂੰ ਆਪਣਾ ਕੰਮ ਆਪ ਕਰਕੇ ਸੰਤੁਸ਼ਟੀ ਮਿਲਦੀ ਹੈ। ਨਾਲੇ ਸਿਆਣਿਆਂ ਨੇ ਵੀ ਕਿਹਾ ਕਿ ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ। ਅਗਲੇ ਬੱਚੇ ਬਾਦੜੀਆਂ ਸਜਾਦੜੀਆਂ ਨਿਭਨ ਸਿਰਾਂ ਦੇ ਨਾਲ। ਇਹ ਕੀ ਹੈ, ਬਾਦੜੀਆਂ ਮਤਲਬ ਬੁਰੀਆਂ ਆਦਤਾਂ, ਸਜਾਦੜੀਆਂ ਚੰਗੀਆਂ, ਕਿ ਜਿਹੜੀਆਂ ਚੰਗੀਆਂ ਬੁਰੀਆਂ ਆਦਤਾਂ ਸਾਨੂੰ ਬਚਪਨ ਚ ਪੈ ਜਾਂਦੀਆਂ ਨੇ ਉਹ ਸਾਰੀ ਉਮਰ ਸਾਡੇ ਨਾਲ ਨਿਭਦੀਆਂ ਨੇ। ਤਾਂ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਇਹ ਤਾਂ ਉਹਦੀਆਂ ਸ਼ੁਰੂ ਦੀਆਂ ਆਦਤਾਂ ਨੇ। ਰਮਿੰਦਰ ਨੂੰ ਸ਼ੁਰੂ ਤੋਂ ਦੇਰੀ ਨਾਲ ਉੱਠਣ ਦੀ ਆਦਤ ਸੀ, ਹੁਣ ਉਸਨੂੰ ਨੌਕਰੀ ਮਿਲ ਗਈ ਹੈ, ਉਹ ਆਪਣੇ ਦਫ਼ਤਰ ਵੀ ਅਕਸਰ ਲੇਟ ਹੀ ਪਹੁੰਚਦਾ, ਉਸਦਾ ਜਮਾਤੀ ਵੀ ਰਮਿੰਦਰ ਦੇ ਦਫ਼ਤਰ ਵਿੱਚ ਕੰਮ ਕਰਦਾ। ਇੱਕ ਦਿਨ ਉਸਨੇ ਰਮਿੰਦਰ ਨੂੰ ਕਿਹਾ, ਜਾਪਦਾ ਹੈ ਕਿ ਅਜੇ ਤੱਕ ਸਕੂਲ ਤੇ ਕਾਲਜ ਵਾਲੀਆਂ ਆਦਤਾਂ ਛੱਡੀਆਂ ਨੇ, ਤੇਰਾ ਤਾਂ ਉਹ ਹਾਲ ਜਾਪਦਾ ਅਖੇ ਬਾਦੜੀਆਂ ਸਜਾਦੜੀਆਂ ਨਿਭਨ ਸਿਰਾਂ ਦੇ ਨਾਲ। ਅਗਲੇ ਬੱਚੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹ ਅਖਾਣ ਬੱਚੇ ਉਸ ਚੀਜ਼ ਦੀ ਮਹਾਨਤਾ, ਮਤਲਬ ਕਿ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਉਹਦੇ ਨਾਲ ਦੂਸਰਿਆਂ ਦਾ ਭਲਾ ਕਰੋ। ਪਰ ਉਪਕਾਰਨ ਦਾ ਮਤਲਬ ਹੁੰਦਾ ਦੂਸਰਿਆਂ ਦਾ ਭਲਾ ਕਰਨਾ, ਕਿ ਜੇਕਰ ਤੁਸੀਂ ਵਿਦਿਆ ਵਿਚਾਰੀ ਹੈ, ਪੜ੍ਹਾਈ ਕੀਤੀ ਹੈ, ਤਾਂ ਉਸ ਉਹਦੇ ਨਾਲ ਕੀ ਕਰਨਾ, ਤੁਸੀਂ ਦੂਜਿਆਂ ਦਾ ਭਲਾ ਕਰਨਾ, ਤਾਂ ਇਹ ਅਖਾਣ ਵਰਤਿਆ ਜਾਂਦਾ। ਦੋ ਦਹਾਕੇ ਪਹਿਲਾਂ ਸਾਡੇ ਪਿੰਡ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ ਸੀ, ਜਿਸ ਵਿੱਚ ਸਰਦਾਰ ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ। ਉਹਨਾਂ ਨੇ ਸਾਡੇ ਪਿੰਡ ਵਿੱਚ ਵਿਦਿਆ ਦੀ ਅਜਿਹੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆ ਲਿਖਿਆ ਦਾ ਪਿੰਡ ਹੋਣ ਦਾ ਮਾਣ ਹੈ। ਉਹਨਾਂ ਦੀ ਪ੍ਰੇਰਣਾ ਨਾਲ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ ਤੇ ਪਹੁੰਚੇ ਨੇ ਤੇ ਪਿੰਡ ਤਰੱਕੀ ਦੀਆਂ ਸਿਖਰਾਂ ਛੂ ਰਿਹਾ। ਉਹਨਾਂ ਨੇ ਤਾਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਦਾ ਵਾਕ ਸੱਚ ਕਰ ਵਿਖਾਇਆ। ਹਾਂਜੀ ਬੱਚੇ, ਇਸ ਵੀਡੀਓ ਦੇ ਵਿੱਚ ਇੰਨੀਆਂ ਹੀ ਖੋਤਾਂ, ਇਹਨਾਂ ਨੂੰ ਆਪਾਂ ਕੰਟੀਨਿਊ ਰੱਖਾਂਗੇ ਅਗਲੀ ਵੀਡੀਓ ਤੱਕ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈਲ ਆਈਕੋਨ ਬਟਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਪਿਆਰੇ ਬੱਚਿਓ।